ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ ਇਸੇ ਸਮੇਂ ਵੀ ਇਸ ਅਰਥਾ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ ਟੀਵੀ ਤੇ ਜਾਣਾ ਇਹ ਲੋਗੋ ਤੁਹਾਨੂੰ ਦਿਖਾਈ ਦੇਗਾ ਗੁਰਗਿਆਨ ਟੀਵੀ ਦੇ ਅੰਦਰ ਇੱਕ ਪਲੇਲਿਸਟ ਹੈ SGGS ਸਹਿਜ ਪਾਠ ਵਿਦ ਮੀਨਿੰਗਸ ਉਸ ਵਿੱਚ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ ਜੇ ਤੁਸੀਂ ਹਾਲੇ ਤੱਕ ਗੁਰਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ ਆਪਣੇ ਮਿੱਤਰਾਂ ਦੋਸਤਾਂ ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ ਹਰ ਇੱਕ ਨੂੰ ਦੱਸਣਾ ਆਓ ਲਾਹੇ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰ ਵਾਹਿਗੁਰੂ ਜੀ ਦਾ ਅਰਥਾਂ ਸਮੇਤ ਸਹਿਜੇ ਪਾਠ ਕਰਦੇ ਆਂ ਸਹਜੇ ਸਹਜੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਪਾਤਰ ਬਣਦੇ ਆਂ ਅੱਜ ਆਪਾਂ ਪਹੁੰਚੇ ਹਾਂ ਦੀਦਾਰ ਕਰਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 118 ਮਾਝ ਰਾਗ ਦੀ 15ਵੀਂ ਅਸ਼ਟਪਦੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ 14ਵੀਂ ਅਸ਼ਟਪਦੀ ਇਦੇ ਪਹਿਲੇ ਪਦੇ ਤੇ راہਵ ਪਦੇ ਦੀ ਵਿਚਾਰ ਕੱਲ ਆਪਾਂ ਪਿਛਲੇ ਐਪੀਸੋਡ ਵਿੱਚ ਕੀਤੀ ਸੀ ਅੱਜ ਇਹ ਦੂਸਰਾ ਪਦਾ ਸ਼ੁਰੂ ਹੋ ਰਿਹਾ ਹੈ ਆਓ ਕਰੀਏ ਦੀਦਾਰ ਜੀ ਪੁਰਬ ਲਿਖਿਆ ਸੋ ਕਰਮ ਕਮਾਇਆ ਇਸ ਨੂੰ ਸਮਝਿਓ ਅਸੀਂ ਜਿਸ ਤਰ੍ਹਾਂ ਦੇ ਮਾਹੌਲ ਵਿੱਚ ਰਹਿੰਦੇ ਹਾਂ ਚਾਹੇ ਸਾਡੇ ਘਰ ਦਾ ਮਾਹੌਲ ਹੈ ਚਾਹੇ ਮਿੱਤਰਾਂ ਦੋਸਤਾਂ ਦਾ ਮਾਹੌਲ ਹੈ ਅਸੀਂ ਜਿਸ ਤਰ੍ਹਾਂ ਦੀਆਂ ਵਿਚਾਰਾਂ ਸਾਡੇ ਕੰਨਾਂ 'ਚ ਪੈਂਦੀਆਂ ਨੇ ਜਿਸ ਤਰ੍ਹਾਂ ਦਾ ਅਸੀਂ ਦੇਖਦੇ ਆਂ ਜਿਸ ਤਰ੍ਹਾਂ ਦਾ ਸਾਡਾ ਸਰਕਲ ਹੈ ਉਹਦਾ ਅਸਰ ਸਾਡੇ ਸੁਭਾਅ 'ਤੇ ਪੈਂਦਾ ਹੈ ਸਾਡੇ ਅੰਦਰ ਉਸ ਤਰ੍ਹਾਂ ਦੀ ਵਿਚਾਰਤਾਰਾ ਲਿਖੀ ਜਾਂਦੀ ਹੈ ਬਾਪ ਸਾਡੀ ਵਿਚਾਰਤਾਰਾਵੇਂ ਬਣ ਜਾਂਦੀ ਹੈ ਇੱਕ ਅੰਮ੍ਰਿਤ ਤਾਰੀ ਮਾਪੇ ਦਾ ਪੁੱਤਰ ਕੁਸੰਗੀਆਂ ਵਿੱਚ ਰਹਿੰਦਾ ਹੈ ਕੁਸੰਗੀਆਂ ਵਿੱਚ ਉੱਠਦਾ ਬੈਠਦਾ ਹੈ ਉਹਨੂੰ ਕੋ ਸੰਗ ਚੰਗਾ ਲੱਗਣ ਲੱਗ ਜਾਂਦਾ ਉਹਦੇ ਅੰਦਰ ਉਸ ਤਰ੍ਹਾਂ ਦੀ ਵਿਚਾਰਧਾਰਾ ਹੀ ਲਿਖੀ ਜਾਂਦੀ ਹੈ ਉਹ ਸਿੱਖੀ ਤੋਂ ਗੁਰਬਾਣੀ ਤੋਂ ਗੁਰਮਤ ਤੋਂ ਦੂਰ ਚਲੇ ਜਾਂਦਾ ਰੱਬ ਦਾ ਇੱਕ ਨਿਜ਼ਮ ਹੈ ਜਿਸ ਤਰ੍ਹਾਂ ਦੇ ਮਾਹੌਲ ਵਿੱਚ ਜਿਸ ਤਰ੍ਹਾਂ ਦੀਆਂ ਵਿਚਾਰਾਂ ਕੰਨਾਂ ਨੂੰ ਮਿਲਣਗੀਆਂ ਕੰਨਾਂ ਦੀ ਖੁਰਾਕ ਹੈ ਜਿਸ ਤਰ੍ਹਾਂ ਦੀਆਂ ਵਿਚਾਰਾਂ ਜਿਸ ਤਰ੍ਹਾਂ ਦੇ ਸੀਨ ਅੱਖਾਂ ਦੇਖਣਗੇ ਅੱਖਾਂ ਦੀ ਖੁਰਾਕ ਹੈ ਜਿਸ ਤਰ੍ਹਾਂ ਦੇ ਬੋਲ ਜ਼ੁਬਾਨ ਬੋਲੇਗੀ ਜ਼ੁਬਾਨ ਦੀ ਖੁਰਾਕ ਹੈ ਇਹ ਜਿਸ ਤਰ੍ਹਾਂ ਦੇ ਸਰਕਲ ਵਿੱਚ ਰਹੇਗਾ ਉਸ ਤਰ੍ਹਾਂ ਦੀ ਵਿਚਾਰਧਾਰਾ ਵੀ ਇਹਦੇ ਤੇ ਬਣੇਗੀ ਇਹਦੇ ਅੰਦਰ ਸੋਚ ਵੀ ਬਣੇਗੀ ਉਹਨੂੰ ਕਹਿੰਦੇ ਨੇ ਲਿਖਿਆ ਪਹਿਲਾਂ ਅੰਦਰ ਲਿਖਿਆ ਜਾਂਦਾ ਹੈ ਫਿਰ ਉਸ ਤਰ੍ਹਾਂ ਦੀ ਵਿਚਾਰਧਾਰਾ ਸੋਚ ਵਿੱਚ ਜੀਵਨ ਚੱਲਦਾ ਤੇ ਉਸ ਤਰ੍ਹਾਂ ਦੀ ਆਪਣੇ ਅੰਦਰ ਸੁਭਾਅ ਦੀ ਭਾਵਨਾਵਾਂ ਦੀ ਸੋਚ ਦੀ ਕਮਾਈ ਕਰਦਾ ਉਸ ਨੂੰ ਸਤਗੁਰੂ ਜੀ ਇੱਥੇ ਕਹਿ ਰਹੇ ਨੇ ਪੂਰਵ ਲਿਖਿਆ ਸੋ ਕਰਮ ਕਮਾਇਆ ਜਿਸ ਤਰ੍ਹਾਂ ਦਾ ਸੋਚ ਸੁਭਾਅ ਵਿੱਚ ਵਿਚਾਰ ਤਾਰਾ ਤੇ ਆਈਡਿਓਲੋਜੀ ਲਿਖੀ ਗਈ ਨਾ ਜਾਨੀ ਇਹਦੀ ਜੋ ਵਿਚਾਰ ਤਾਰਾ ਬਣ ਗਈ ਪਹਿਲਾਂ ਉਹ ਅੰਦਰ ਵਿਚਾਰ ਤਾਰਾ ਬਣਦੀ ਹੈ ਅੰਦਰ ਸੋਚ ਬਣਦੀ ਹੈ ਫਿਰ ਉਸ ਤਰ੍ਹਾਂ ਦੇ ਕਰਮ ਕਮਾਉਂਦਾ ਤੇ ਜੇ ਇਹਨੂੰ ਚੰਗਾ ਮਾਹੌਲ ਮਿਲੇਗਾ ਬਚਪਨ ਤੋਂ ਮਾਪਿਆਂ ਨੂੰ ਸਿੱਖੀ ਵਿਰਸੇ ਬਾਰੇ ਦੱਸਣਗੇ ਗੁਰਬਾਣੀ ਬਾਰੇ ਦੱਸਣਗੇ ਗੁਰਮਤ ਕਲਾਸਾਂ ਨੇ ਗੁਰਮਤ ਕੈਂਪ ਨੇ ਸਤਸੰਗਤ ਹੈ ਇਹਦੇ ਵਿੱਚੋਂ ਸਾਡੇ ਅੰਦਰ ਚੰਗੀ ਵਿਚਾਰ ਤਾਰਾ ਚੰਗੀ ਸੋਚ ਸਾਡੇ ਅੰਦਰ ਥਾਟ ਪ੍ਰੋਸੈਸ ਚੱਲਦਾ ਹੈ ਉਹ ਵਿਚਾਰ ਤਾਰਾ ਜੇ ਗੁਰੂ ਕੀ ਵਿਚਾਰ ਤਾਰਾ ਅੰਦਰ ਲਿਖੀ ਜਾਏਗੀ ਗੁਰਮਤਿ ਦੀ ਵਿਚਾਰ ਤਾਰਾ ਲਿਖੀ ਜਾਏਗੀ ਤਾਂ ਇਹਦਾ ਸਤਗੁਰੂ ਜੀ ਦੇ ਨਾਲ ਪਿਆਰ ਬਣੇਗਾ ਸਤਗੁਰੂ ਦੇ ਹੁਕਮ ਮੰਨਣ ਦੀ ਭਾਵਨਾ ਜਾਗੇਗੀ ਆਰਥਾ ਸਮੇਤ ਜੋ ਸਹਿਜ ਪਾਠ ਹੈ ਜਿਵੇਂ ਜੋ ਅਸੀਂ ਅਰਥ ਸਮਝਦੇ ਹਾਂ ਜਿਵੇਂ ਜੋ ਅਸੀਂ ਨਾਲ-ਨਾਲ ਪੰਕਤੀਆਂ ਦੇ ਦੀਦਾਰ ਕਰ ਰਹੇ ਹਾਂ ਤੇ ਨਾਲ-ਨਾਲ ਅਸੀਂ ਅਰਥ ਸਮਝ ਰਹੇ ਹਾਂ ਉਹ ਤੁੱਛ ਜੀ ਬੁੱਧੀ ਹੈ ਜਿੰਨੀ ਕਿ ਸਮਝ ਆਈ ਹੈ ਤੁਹਾਡੇ ਨਾਲ ਵਿਚਾਰ ਰਹੇ ਆ ਉਹ ਜੋ ਜੋ ਚੰਗਾ ਲੱਗਦਾ ਹੈ ਉਹ ਸਾਡੇ ਅੰਦਰ ਬਣਦਾ ਪਰ ਇਹ ਗੱਲ ਪੱਕੀ ਹੈ ਕਿ ਇਹਦੇ ਵਿੱਚੋਂ ਗੁਰੂ ਦਾ ਉਪਦੇਸ਼ ਮੰਨਣ ਦਾ ਜਜ਼ਬਾ ਜ਼ਰੂਰ ਜਾਗਦਾ ਹੈ ਭਾਵਨਾ ਜਾਗਦੀ ਹੈ ਜਦੋਂ ਗੁਰੂ ਦਾ ਉਪਦੇਸ਼ ਮੰਨਣ ਦੀ ਭਾਵਨਾ ਜਾਗਦੀ ਹੈ ਨਾ ਸਮਝ ਲਓ ਇਹ ਭਾਵਨਾ ਦੇ ਲੇਖ ਅੰਦਰ ਲਿਖੇ ਗਏ ਗੁਰੂ ਦੀ ਬਾਣੀ ਚੋਂ ਉਪਦੇਸ਼ ਨੂੰ ਜਾਣਨਾ ਗੁਰੂ ਦੀ ਆਵਾਜ਼ ਨੂੰ ਸਮਝਣਾ ਇਹ ਪਿਆਰ ਲਿਖਿਆ ਗਿਆ ਹੈ ਕਿ ਲਗਨ ਲੱਗ ਗਈ ਹੈ ਲਗਨ ਲਿਖੀ ਗਈ ਹੈ ਕਿ ਰੋਜ ਫਿਰ ਤੁਸੀਂ ਉਡੀਕ ਦਿਓ ਕਦੋਂ ਸੱਚ ਪਾਠ ਆਵੇ ਇਹਦਾ ਮਤਲਬ ਪਹਿਲਾਂ ਲਿਖਿਆ ਗਿਆ ਇਹਨੂੰ ਦੇ ਚੋਂ ਕਰਮ ਕੀ ਨਿਕਲਿਆ ਸਤ ਗੁਰ ਸੇਵ ਸਦਾ ਸੁਖ ਪਾਇਆ ਪਤਾ ਲੱਗਿਆ ਨਜ਼ਰੀਆ ਅੰਦਰ ਲਿਖਿਆ ਗਿਆ ਅੰਦਰ ਸੋਚ ਲਿਖੀ ਗਈ ਕਿ ਸਤ ਗੁਰ ਦੀ ਅਸਲੀ ਸੇਵਾ ਗੁਰੂ ਦਾ ਉਪਦੇਸ਼ ਮੰਨਣਾ ਹੈ ਉਹਦੇ ਚੋਂ ਆਤਮਿਕ ਸੁਖ ਮਿਲਿਆ ਇਹ ਮਿਲਿਆ ਕਦੋਂ ਜਦੋਂ ਜਿਹੜੇ ਸੁਭਾਅ ਸੀ ਨਾ ਸਵਭਾਅ ਦੇ ਵਿੱਚ ਨਫ਼ਰਤ ਕਰਨ ਦੀ ਆਦਤ ਸੀ ਉਹ ਨਿਕਲ ਗਈ ਭਾਗ ਵੱਡਾ ਹੋ ਗਿਆ ਉਹਨਾਂ ਦਾ ਭਾਗ ਹੋਰ ਵੱਡਾ ਹੋ ਗਿਆ ਨਿੰਦਾ ਕਰਨ ਦੀ ਆਦਤ ਨਿਕਲ ਗਈ ਵੀ ਨਾ ਮੈਂ ਮੈਂ ਬਦਲਾ ਲਊ ਭਾਵਨਾ ਚ ਨਹੀਂ ਆਉਣਾ ਮੈਂ ਕਿਸੇ ਦੀ ਨਿੰਦਾ ਨਹੀਂ ਕਰਨੀ ਅੰਦਰ ਬਣੀ ਭਾਵਨਾ ਵੀ ਮੈਂ ਨਿੰਦਾ ਕਰਕੇ ਕਿਉਂ ਜੀਵਨ ਬ्यर्थ ਗਵਾਵਾਂ ਵੀ ਮੈਂ ਕਿਸੇ ਨੂੰ ਕਿਉਂ ਕਟਿਆ ਸਮਝਾਂ ਮੈਂ ਤਾਂ ਆਪਣੀਆਂ ਕਮਜ਼ੋਰੀਆਂ ਆਪਣੇ ਸਵਭਾਅ ਨੂੰ ਦੂਰ ਕਰਨ ਵਾਸਤੇ ਗੁਰੂ ਤੋਂ ਸਿੱਖਣਾ ਔਰ ਜਿਤਨਾ ਕਿ ਸਵਭਾਅ ਸੰਵਰਦਾ ਹੈ ਹਰ ਪ੍ਰਕਾਰ ਦੇ ਮਾਰਗ ਤੇ ਤੁਰਨਾ ਬਈ ਹਰ ਕੋਈ ਆਪਣੀ ਆਪਣੀ ਜ਼ਿੰਦਗੀ ਜਿਉਂ ਰਿਹਾ ਮੈਂ ਕਿਸੇ ਦੀਆਂ ਘਾਟਾਂ ਦੇਖ ਦੇ ਕੇ ਆਪਣੇ ਮਨ ਅੰਦਰ ਕਿਉਂ ਨਫ਼ਰਤ ਪੈਦਾ ਕਰਾਂ ਜਿਉਂ-ਜਿਉਂ ਇਸ ਤਰ੍ਹਾਂ ਦੀ ਸੋਚ ਬਣੇਗੀ ਅੰਦਰ ਗੁਨਾਹ ਵਾਲਾ ਭਾਗ ਵੱਡਾ ਬਣਦਾ ਜਾਏਗਾ ਬਿਨ ਭਾਗਾ ਗੁਰ ਪਾਈਐ ਨਾਹੀ ਸ਼ਬਦੈ ਮੇਲ ਮਿਲਾਵਣਿਆ ਜਿਨ੍ਹਾਂ ਚਿਰੇ ਭਾਗ ਨਹੀਂ ਨ ਬਣਦਾ ਅੰਦਰ ਨਫ਼ਰਤ ਕਰਨ ਦੀ ਨਿੰਦਾ ਕਰਨ ਦੀ ਹੰਕਾਰ ਦੀ ਲੋਭ ਲਾਲਚ ਦੀ ਭਾਵਨਾ ਬੈਠੀ ਹੈ ਨਾ ਉਹਦੇ ਚੀਲ ਜਾ ਰਹੇਗਾ ਗੁਰੂ ਦਾ ਉਪਦੇਸ਼ ਟੰਗਾ ਨਹੀਂ ਲੱਗੇਗਾ ਇਸ ਪਾਸੇ ਟਾਈਮ ਹੀ ਨਹੀਂ ਕੱਡੇਗਾ ਲਗਨ ਜਜ਼ਬਾ ਹੀ ਨਹੀਂ ਮਿਲੇਗਾ ਇਹਦੇ ਤੋਂ ਬਿਨਾ ਗੁਰੂ ਦੇ ਉਪਦੇਸ਼ ਰਾਹੀਂ ਉਸ ਰਸ ਦੇ ਨਾਲ ਮਿਲਾਪ ਨਹੀਂ ਹੋਏਗਾ ਜਿਹੜਾ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦਾ ਰਸ ਹੈ ਉਹਦੇ ਧਿਆਨ ਰੂਪੀ ਨਾਮ ਦਾ ਰਸ ਹੈ ਗਿਆਨ ਰੂਪੀ ਨਾਮ ਦਾ ਰਸ ਹੈ ਬਿਨ ਭਾਗਾਂ ਗੁਰਪਾਈਆ ਨਹੀਂ ਭਾਗਾਂ ਤੋਂ ਬਿਨਾ ਗੁਰ ਉਪਦੇਸ਼ ਨਹੀਂ ਚੰਗਾ ਲੱਗੇਗਾ ਛਬਦ ਰਾਹੀ ਜਿਹੜਾ ਮਿਲਾਪ ਹੋਣਾ ਸੀ ਉਹ ਨਹੀਂ ਹੋਇਆ ਪਰ ਜਿਹੜੇ ਗੁਰੂ ਕੇ ਪਿਆਰੇ ਨੇ ਗੁਰੂ ਦੇ ਮੁਖ ਵਿੱਚੋਂ ਨਿਕਲੇ ਉਪਦੇਸ਼ ਨੂੰ ਮੰਨਦੇ ਨੇ ਉਹਨਾਂ ਨੂੰ ਜ਼ਿੰਦਗੀ ਜਿਉਣ ਦੀ ਯੋਗਤਾ ਆ ਗਈ ਗੁਰਮੁਖ ਅਲੇਪਤ ਰਹੈ ਸੰਸਾਰੇ ਉਹ ਸੰਸਾਰ ਵਿੱਚ ਜਿਉਂਦੇ ਨੇ ਨਰਲੇਪ ਰਹਿੰਦੇ ਨੇ ਨਿੰਦਾ ਕਰਨ ਵਾਲੇ ਨਿੰਦਾ ਕਰਨਗੇ ਉਹ ਨਿੰਦਾ ਕਰਨ ਵਾਲਿਆਂ ਦਾ ਰਸ ਦੇ ਪਾਤਰ ਨਹੀਂ ਬਣਦੇ ਦੁਨੀਆ ਤੇ ਲੋਕ ਨਫ਼ਰਤ ਕਰਦੇ ਰਹਿਣਗੇ ਟੜੇ ਬੰਦੀਆਂ ਬਣਦੀਆਂ ਰਹਿਣਗੀਆਂ ਨਮੀਆਂ ਬਣਦੀਆਂ ਰਹਿਣਗੀਆਂ ਛੜੇ ਬੰਦੀਆਂ ਚ ਲੋਕ ਫਸਦੇ ਰਹਿਣਗੇ ਗੁਰਮਖ ਟੜੇ ਬੰਦੀ ਦਾ ਪਾਤਰ ਨਹੀਂ ਬਣੇਗਾ ਬੰਨਾ ਨਹੀਂ ਲੋਕ ਕਹਿੰਦੇ ਨੇ ਇਹ ਗਲਤ ਹੈ ਇਹਨਾਂ ਦੀ ਸੰਸਥਾ ਗਲਤ ਹੈ ਸਾਡੀ ਅਸੀਂ ਠੀਕ ਹੈ ਸਾਡੀ ਸੰਸਥਾ ਠੀਕ ਹੈ ਗੁਰਮਖ ਕਹਿੰਦਾ ਨਹੀਂ ਭਾਈ ਉਹਨਾਂ ਦੀ ਸੰਸਥਾ ਆਪਣੀ ਮਤ ਅਨਸਾਰ ਹੈ ਉਹਨਾਂ ਦੀ ਆਪਣੀ ਮਤ ਅਨਸਾਰ ਹੈ ਭਈ ਉਹਨਾਂ ਨੂੰ ਜਿੰਨੀ ਕਿ ਸੋਝੀ ਹੈ ਉਸ ਤਰ੍ਹਾਂ ਦਾ ਜਿਉਂ ਰਹਿਆ ਉਹਨਾਂ ਨੂੰ ਜਿੰਨੀ ਕਿ ਸੋਝੀ ਹੈ ਉਸ ਤਰ੍ਹਾਂ ਜਿਉਂ ਰਹੇ ਗੁਰਮਖ ਅਲਿਪਤ ਰਹਿੰਦੇ ਨੇ ਦੋਨਾਂ ਤੋਂ ਸਿੱਖਦੇ ਨੇ ਉਹ ਉਹਨਾਂ ਨੂੰ ਵੀ ਸੁਣਦੇ ਨੇ ਉਹਨਾਂ ਨੂੰ ਵੀ ਸੁਣਦੇ ਨੇ ਅੰਦਰ ਕੰਪੈਰੀਟਿਵ ਸਟੱਡੀ ਹੋ ਜਾਂਦੀ ਹੈ ਫਿਰ ਸਮਝ ਲੱਗਦੀ ਹੈ ਇਸ ਦੁਨੀਆ ਤੇ ਗੁਰ ਕੈ ਤਕੀਏ ਗੁਰ ਕੈ ਤਕੀਏ ਨਾਮ ਆਧਾਰੇ ਤਕੀਏ ਆਸਰਾ ਸਰਹਾਨੇ ਨੂੰ ਵੀ ਲੋਕ ਤਕੀਆ ਕਹਿ ਦਿੰਦੇ ਨੇ ਦੇੰਦੇ ਠਾ ਰੱਖਣ ਵਾਲਾ ਆਸਰਾ ਗੁਰੂ ਦਾ ਉਪਦੇਸ਼ ਹੀ ਆਸਰਾ ਹੈ ਪਿਆਰੇ ਇਹ ਗਿਆਨ ਰੂਪੀ ਨਾਮ ਹੈ ਇਸ ਨਾਮ ਦਾ ਹੀ ਸੁਭਾਉ ਨੂੰ ਸੋਚ ਨੂੰ ਆਧਾਰ ਹੈ ਠੀਕ ਹੈ ਇਹਦੇ ਨਾਲ ਹੀ ਸੋਚ ਤੇ ਸੁਭਾਉ ਗੁਰਮਖ ਸੋਚ ਤੇ ਗੁਰਮਤ ਸੋਚ ਗੁਰਮਤ ਵਾਲੀ ਸੋਚ ਤੇ ਗੁਰਮਖ ਸੁਭਾਉ ਬਣੇਗਾ ਗੁਰੂ ਦੇ ਉਪਦੇਸ਼ ਵਿੱਚੋਂ ਇਹੀ ਉਹ ਟਾਸਰਾ ਜੀ ਨੂੰ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਮੰਨ ਕੇ ਗੁਰਮਖ ਸੁਭਾਉ ਮਿਲ ਗਿਆ ਇਹ ਗੁਰਮੁਖ ਸਭਾ ਵਿੱਚ ਨਰਲੀਪ ਜਿਉਣਾ ਆ ਗਿਆ ਨਾ ਗੁਰਮੁਖ ਜੋਰ ਕਰੇ ਕਿਆ ਤਿਸਨੂੰ ਆਪੇ ਖਪ ਦੁੱਖ ਪਾਇੰਦਾ ਫਿਰ ਗੁਰਮੁਖ ਸਭਾ ਵਾਲੇ ਦੇ ਜੋਰ ਕਰੇ ਦੇ ਆਰਥਾ ਕੋਈ ਵਧਿੱਕੀ ਕਰੇ ਉਹਦੇ ਨਾਲ ਕੋਈ ਵਾਦਾ ਕਰੇ ਕੁਛ ਨਹੀਂ ਕਰ ਸਕੇਗਾ ਕਿਉਂਕਿ ਤਿਸਨੂੰ ਆਪੇ ਖਪ ਦੁੱਖ ਪਾਵਨੇ ਉਹ ਆਪ ਹੀ ਆਪਣੀ ਕੀਤੇ ਹੋਏ ਕਰਮਾਂ ਵਿੱਚ ਖਪਦਾ ਆਖੋ ਬਾਹਰ ਇੱਕ ਪਰਉਪਕਾਰ ਕਰਦਾ ਹੈ ਦੂਸਰਾ ਪਰਉਪਕਾਰ ਦੇ ਪਰਉਪਕਾਰੀ ਦੀ ਨਿੰਦਾ ਕਰਦਾ ਹੋ ਸਕਦਾ ਹੈ ਉਹਦੇ ਤੇ ਜੈਲਸ ਹੋਵੇ ਹੋ ਸਕਦਾ ਹੈ ਉਹਦੇ ਨੂੰ ਨਫ਼ਰਤ ਕਰਦਾ ਹੋਵੇ ਕੋਈ ਵੀ ਕਾਰਨ ਹੋ ਸਕਦਾ ਹੈ ਫਰੇ ਗੱਲ ਸੱਚੀ ਹੈ ਉਹਨੂੰ ਚੰਗਾ ਨਹੀਂ ਲੱਗਿਆ ਨਾ ਉਹ ਪਰਉਪਕਾਰੀ ਚੰਗਾ ਲੱਗਿਆ ਨਾ ਪਰਉਪਕਾਰ ਉਹ ਦੀ ਨਿੰਦਾ ਕਰਦਾ ਉਹਦੇ ਰਾਹ ਵਿੱਚ ਰੁਕਾਵਟਾਂ ਖੜੀਆਂ ਕਰਦਾ ਪਰ ਉਸ ਨੂੰ ਨਿਰਲੇਪ ਰਹਿ ਕੇ ਜਿਉਣ ਦੀ ਯੋਗਤਾ ਆ ਗਈ ਹੈ ਗੁਰੂ ਨੇ ਸਿਖਾ ਦਿੱਤੀ ਹੈ ਨਿਰਲੇਪ ਰਹਿਣਾ ਕਹਿੰਦਾ ਕੋਈ ਗੱਲ ਨਹੀਂ ਮੈਨੂੰ ਕੀ ਕਰੀ ਜਾਣ ਦੋ ਨਿੰਦਾ ਕਰਦੇ ਆ ਮੇਰਾ ਕੀ ਲੈਣਗੇ ਮੈਂ ਉਹਨਾਂ ਲਈ ਥੋੜੀ ਕਰ ਰਿਹਾ ਮੈਂ ਤਾਂ ਆਪਣੇ ਗੁਰੂ ਲਈ ਕਰ ਰਿਹਾ ਕਹਿੰਦਾ ਮੈਂ ਤੇ ਆਪਣੇ ਵਾਹਿਗੁਰੂ ਲਈ ਕਰ ਰਿਹਾ ਕਹਿੰਦਾ ਕਰੰਦੋ ਮੇਰੇ ਕੱਪੜੇ ਤੋੜ ਰਹੇ ਨੇ ਮੇਰੀ ਮਹਿਲ ਉਤਾਰ ਰਹੇ ਨੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਹੁਣ ਜਦੋਂ ਅਸੀਂ ਗੁਰਬਾਣੀ ਅੰਦਰ ਰੱਬ ਦੇ ਨਿਜ਼ਮ ਨੂੰ ਸਮਝਦੇ ਆਂ ਤੇ ਰੱਬ ਦਾ ਨਿਜ਼ਮ ਇਹ ਦੱਸ ਰਿਹਾ ਗੁਰਬਾਣੀ ਇਹ ਦੱਸ ਰਹੀ ਹੈ ਕਿ ਰੱਬ ਨਿੰਦਕ ਦਾ ਸਾਥ ਨਹੀਂ ਦੇਗਾ ਕਾ ਨਿੰਦਕ ਝੂਠ ਦੇ ਮਾਰਗ ਤੇ ਤੁਰਿਆ ਪਰਪਕਾਰੀ ਸੱਚ ਦੇ ਮਾਰਗ ਤੇ ਤੁਰਿਆ ਫਿਰ ਗੁਰਬਾਣੀ ਨੇ ਇੱਕ ਨਿਜ਼ਮ ਦੱਸ ਦਿੱਤਾ ਕਿ ਕੂੜ ਨੇ ਖੁੱਟਾ ਨਾਨਕਾ ਓੜਕ ਸੱਚ ਰਹੀ ਅਕੀਰ ਜਿੱਤ ਸੱਚ ਦੀ ਹੋਣੀ ਹੈ ਫਿਰ ਉਹ ਕਿਉਂ ਉਲਝੇ ਉਲਝਣ ਵਾਲਾ ਖੁਦ ਇਸ ਉਲਝਣ ਤਾਣੀ ਵਿੱਚ ਖੱਪ ਜਾਂਦਾ ਕਿਵੇਂ ਖੱਪਦਾ ਹੈ ਅੱਜ ਤਾਂ ਪਰਪਕਾਰੀ ਵਿੱਚ ਉਹ ਨੁਕਸ ਲੱਭਦਾ ਹੈ ਉਹਦੀ ਨਿੰਦਾ ਦਾ ਰਸ ਮਾਨਦਾ ਹੈ ਉਹਦੇ ਅੰਦਰ ਰਸ ਮਾਨਣ ਦੀ ਇੱਕ ਭੁੱਖ ਹੈ ਉਹਨੂੰ ਚਾਹੀਦੀ ਹੈ ਖੁਰਾਕ ਪਰ ਹਰ ਇੱਕ ਵਿੱਚੋਂ ਔਗਣ ਦੇਖਦਾ ਹੈ ਉਹ ਪਹਿਲਾ ਉਹਦਾ ਖਪਣਾ ਕੀ ਹੈ ਫਿਰ ਉਹ ਆਪਣੇ ਪਰਿਵਾਰਕ ਮੈਂਬਰਾਂ ਵਿੱਚੋਂ ਕੇਵਲ ਔਗਣ ਦੇਖਦਾ ਹੈ ਘਰ ਨੂੰ ਕਲੇਸ਼ ਬਣਾ ਲੈਂਦਾ ਹੈ ਦੂਸਰੀ ਕਮਜ਼ੋਰੀ ਜੇ ਨਾ ਵੀ ਔਗਣ ਮਿਲੇ ਕੋਲੋਂ ਹੀ ਇਮੇਜਿਨ ਕਰ ਲੈਂਦਾ ਹੈ ਝੂਠੇ ਦੋਸ਼ ਝੂਠੇ ਲਾਸ਼ਣ ਦੁਨੀਆ ਦਾ ਇੱਕ ਵੀ ਪਰਵਪਕਾਰੀ ਮਹਾਪੁਰਸ਼ ਪੀਰ ਪੈਗੰਬਰ ਔਲੀਏ ਗੁਰੂ ਸਾਹਿਬ ਦਿਖਾ ਦਿਓ ਜਿਨ੍ਹਾਂ ਤੇ ਕਦੀ ਝੂਠਾ ਦਰਸ਼ਨ ਨਹੀਂ ਲੋਕਾਂ ਨੇ ਲਿਆ ਗੁਰੂ ਸਾਹਿਬ ਤੇ ਕਿੱਡੇ ਕਿਡੇ ਲਾਸ਼ਨ ਲਾਏ ਕਿ ਮੋਦੀ ਖਾਣਾ ਖਾ ਗਿਆ ਹਨ ਗੁਰੂ ਨਾਨਕ ਪਾਤਸ਼ਾਹ ਤੇ ਸਤਿਗੁਰੂ ਜੀ ਕਹਿੰਦੇ ਇਹ ਜੋ ਕਰਦੇ ਨੇ ਕਰੀ ਜਾਂਦੇ ਮਰਦਾਨਿਆਂ ਇਹਨਾਂ ਨੇ ਆਪਣੀ ਕਾਰ ਕਰਨੀ ਆਪਾਂ ਆਪਣੀ ਕਾਰ ਕਰਨੀ ਹੈ ਗੁਰਮਖ ਜੋਰ ਕਰੇ ਕਿਆ ਤਿਸ ਨੂੰ ਗੁਰਮਖ ਦੇ ਨਾਲ ਫਿਰ ਕੋਈ ਕੀ ਬਦੀਕੀ ਕਰੇਗਾ ਉਹ ਤਾਂ ਆਪ ਹੀ ਖਪਦੇ ਖਪਦੇ ਆਪ ਹੀ ਭੁਗਤ ਦੇ ਰਿਆ ਖਵਾਇਆ ਕਿਉਂਕਿ ਮਨ ਦੇ ਪਿੱਛੇ ਲੱਗਦੇ ਨੇ ਉਹਨਾਂ ਨੂੰ ਸੋਝੀ ਨਹੀਂ ਹੈ ਗਿਆਨ ਦੀਆਂ ਖਾਨੀਆਂ ਮਨ ਅੰਦਾ ਹੈ ਮਨਮਖ ਅੰਧੇ ਉਹ ਧਨਾ ਕਾਈ ਮਨਮਖ ਸੁਭਾਉ ਅਗਿਆਨਤਾ ਦੇ ਹਨੇਰੇ ਵਿੱਚ ਅੰਦਾ ਹੋ ਜਾਂਦਾ ਹੈ ਉਹਨੂੰ ਸੋਝੀ ਨਹੀਂ ਉਹ ਆਪਣਾ ਨੁਕਸਾਨ ਕਰਦਾ ਇਹ ਗੱਲ ਯਾਦ ਰੱਖਿਓ ਜਦੋਂ ਕੋਈ ਪਰਉਪਕਾਰੀ ਦੀ ਚੰਗੇ ਕੰਮ ਕਰਨ ਵਾਲੇ ਦੀ ਨਿੰਦਾ ਕਰਦਾ ਹੈ ਨਾ ਉਹ ਨੁਕਸਾਨ ਆਪਣਾ ਕਰ ਰਿਹਾ ਹੁੰਦਾ ਹੈ ਉਹਨੂੰ ਪਤਾ ਨਹੀਂ ਹੁੰਦਾ ਉਹ ਆਪਣੇ ਤੇ ਕਲੰਕ ਲਾ ਰਿਹਾ ਹੁੰਦਾ ਹੈ ਉਹ ਕਲੰਕ ਕਦੀ ਨਹੀਂ ਧੋਤਾ ਜਾਣਾ ਉਹਨੂੰ ਲੱਗਦਾ ਹੈ ਕਿ ਮੈਂ ਨਿੰਦਾ ਕਰਕੇ ਉਹਦੇ ਕੈਰੈਕਟਰ ਦਾ ਅਸੈਸ਼ਿਨੇਸ਼ਨ ਕਰ ਦਿਆਂਗਾ ਮੈਂ ਉਹਦਾ ਸਤਕਾਰ ਖਤਮ ਕਰ ਦਿਆਂਗਾ ਕਿਉਂਕਿ ਨਫ਼ਰਤ ਦੀ ਅੱਗ ਵਿੱਚ ਸੜਦਾ ਹੁੰਦਾ ਹੈ ਉਹ ਨਿੰਦਾ ਕਰਕੇ ਕਿਸੇ ਦਾ ਸਤਕਾਰ ਖਤਮ ਨਹੀਂ ਕਰ ਸਕਦਾ ਕਿਸੇ ਦੇ ਸਨਮਾਨ ਨੂੰ ਕੈਰੈਕਟਰ ਨੂੰ ਕਤਲ ਨਹੀਂ ਕਰ ਸਕਦਾ ਉਹ ਖੁਦ ਕਲੰਕ ਲਾ ਰਿਹਾ ਹੁੰਦਾ ਹੈ ਇੱਕ ਦਿਨ ਖੋਟਾ ਟਬੂਆ ਉੱਗੜ ਆਇਆ ਨਦਰ ਸਰਾਫਾ ਆਇਆ ਉੱਗੜਿਆ ਖੋਟਾ ਟਬੂਆ ਖੋਟਾ ਸ਼ਿਕਾ 파ਰਖੂਆਂ ਦੀ ਨਜ਼ਰ ਵਿੱਚ ਇੱਕ ਦਿਨ ਖੋਟਾ ਬਣ ਕੇ ਸਿੱਧਾ ਹੁੰਦਾ ਹੈ ਕਿਉਂ ਕਿਉਂਕਿ ਉਹਨੇ ਆਪਣਾ ਨੁਕਸਾਨ ਕੀਤਾ ਨਿੰਦਾ ਦੇ ਰਸ ਵਿੱਚ ਉਹਦੇ ਅੰਦਰ ਅਧਿਆਤਮਕ ਰਸ ਨਹੀਂ ਆ ਸਕਦਾ ਨਫ਼ਰਤ ਦੇ ਵਿੱਚ ਉਹਦੇ ਅੰਦਰ ਰੱਬੀ ਪਿਆਰ ਨਹੀਂ ਜਾਗ ਸਕਦਾ ਉਹ ਆਪਣੇ ਅੰਦਰੋਂ ਗੁਰਮਖਤਾਈ ਨੂੰ ਆਪਣੇ ਅੰਦਰੋਂ ਧਾਰਮਿਕ ਅਧਿਆਤਮਿਕ ਜੀਵਨ ਦਾ ਕਤਲ ਕਰ ਰਿਹਾ ਹੁੰਦਾ ਉਹ ਕਿਸੇ ਦੇ ਸਨਮਾਨ ਦਾ ਕਤਲ ਨਹੀਂ ਕਰ ਰਿਹਾ ਹੁੰਦਾ ਆਪਣੇ ਅੰਦਰ ਆਪਣੇ ਅਧਿਆਤਮਿਕ ਜੀਵਨ ਨੂੰ ਮਾਰ ਰਿਹਾ ਹੁੰਦਾ ਤੇ ਉਹਨੂੰ ਸਤਗੁਰੂ ਜੀ ਕਹਿੰਦੇ ਆਤਮ ਕਾਤੀ ਹੈ ਜਗਤ ਕਸਾਈ ਜਿਹੜਾ ਖੁਦ ਆਪਣੇ ਅੰਦਰ ਅਧਿਆਤਮਿਕ ਜੀਵਨ ਦਾ ਨਾਸ਼ ਕਰ ਰਿਹਾ ਹੈ ਉਹ ਤਾਂ ਜਗਤ ਦਾ ਕਸਾਈ ਹੈ ਉਹਨੇ ਤਾਂ ਜਗਤ ਦੇ ਵਿੱਚ ਇੱਕ ਅਧਿਆਤਮਿਕ ਜੀਵਨ ਨੂੰ ਆਪਣੇ ਅੰਦਰ ਖਤਮ ਕਰ ਲਿਆ ਕੀਤਾ ਕੇ ਮਿੰਦਾ ਕਰ ਕਰ ਬਹੁ ਭਾਰ ਉਠਾਵੈ ਬਿਨ ਮਜ਼ਦੂਰੀ ਭਾਰ ਪਹੁੰਚਾਵਣਿਆ ਉਹ ਨਿੰਦਾ ਕਰ ਕਰਕੇ ਦੂਸਰਿਆਂ ਦਾ ਭਾਰ ਉਠਾਉਂਦੇ ਨੇ ਆਪਣੇ ਤੇ ਚੁੱਕ ਲੈਂਦੇ ਨੇ ਕਰੋ ਦੀ ਮਜ਼ਦੂਰੀ ਵੀ ਕੁਛ ਨਹੀਂ ਮਿਲਦੀ ਉਹਨਾਂ ਨੂੰ ਤੇ ਗੁਰਮਖ ਨੂੰ ਇਹ ਗੱਲ ਦੀ ਸਮਝ ਆਉਂਦੀ ਇਹ ਜਗ ਬਾੜੀ ਮੇਰਾ ਪ੍ਰਭ ਮਾਲੀ ਇਹ ਜਗਤ ਇੱਕ ਬਗੀਚੀ ਹੈ ਮੇਰੇ ਵਾਹਿਗੁਰੂ ਜੀ ਇਸ ਬਗੀਚੀ ਦੇ ਮਾਲਕ ਨੇ ਸਦਾ ਸੰਭਾਲੇ ਕੋ ਨਾਹੀ ਖਾਲੀ ਉਹ ਸੰਭਾਲਦੇ ਨੇ ਹਰ ਇੱਕ ਨੂੰ ਕੋਈ ਖਾਲੀ ਨਹੀਂ ਜਾਂਦਾ ਮਨ ਦੇ ਪਿੱਛੇ ਲੱਗਣ ਵਾਲੇ ਨੂੰ ਉਹ ਮਨਮੁਖੀ ਤੇ ਕੁਸੰਗੀ ਸੁਭਾਉ ਦੇ ਰਸ ਸਾਰੇ ਦੁਨੀਆ ਤੇ ਰੱਖ ਦਿੱਤੇ ਨੇ ਉਹਨੂੰ ਸੰਭਾਲ ਦਿੱਤਾ ਮਾਣੀ ਚੱਲ ਪਿਆਰਿਆ ਆਪਣੇ ਆਪ ਦਾ ਨੁਕਸਾਨ ਕਰੀ ਚੱਲ ਇਹ ਰਸ ਨਹੀਂ ਮੁਕਣਗੇ ਅਖਵਾਏ ਗੁਰਮਖ ਸੁਭਾਉ ਵਾਲੇ ਨੂੰ ਗੁਰਮੁਖਤਾਈ ਦੇ ਅਧਿਆਤਮਕਤਾ ਦੇ ਰਾਸ ਰੱਖ ਦਿੱਤੇ ਨੇ ਮਾਨੀ ਚੱਲ ਪਿਆ ਰਿਆ ਇਹ ਮੁਕਣਗੇ ਨਹੀਂ ਭਾਈ ਗੁਰੂ ਜੀ ਐਸੇ ਬਗੀਚੀ ਦੇ ਮਾਲੀ ਨੇ ਕਿਉਂਕਿ ਬਗੀਚੀ 'ਚ ਫੁੱਲ ਵੀ ਹੁੰਦੇ ਨੇ ਕੰਡੇ ਵੀ ਹੁੰਦੇ ਨੇ ਇਹ ਸੰਸਾਰ ਇੱਕ ਜਗਤ ਬਗੀਚਾ ਹੈ ਇੱਥੇ ਮਨ ਮੁਖਤਾਈ ਦੇ ਰਸਾਂ ਦੇ ਕੰਡੇ ਨੇ ਗੁਰਮੁਖਤਾਈ ਦੇ ਰਸਾਂ ਦੇ ਫੁੱਲ ਨੇ ਮਨ ਮੁਖ ਉਹਨਾਂ ਮਨ ਮੁਖ ਦੀ ਖੁਰਾਕ ਉਹ ਕੰਡੇ ਨੇ ਗੁਰਮੁਖ ਦੀ ਖੁਰਾਕ ਗੁਨਾ ਦੇ ਫੁੱਲ ਨੇ ਤੇ ਦੇ ਹੱਥ ਮੁਕਤਲੇ ਫੁੱਲ ਨੇ ਉਹਨੇ ਹਰ ਇੱਕ ਨੂੰ ਸੰਭਾਲ ਲਿਆ ਹੋਇਆ ਕਿਵੇਂ ਜੇਹੀ ਬਾਸ਼ਨਾ ਪਾਏ ਤੇਹੀ ਵਰਤੈ ਵਾਸੂ ਵਾਸ ਜਣਾ ਬਣਿਆ ਜਿਹੋ ਜੀ ਅੰਦਰ ਭਾਵਨਾ ਇੱਛਾ ਹੈ ਨਾ ਜਿਹੇ ਜੀ ਉਹਦੇ ਅੰਦਰ ਬਾਸ਼ਨਾ ਹੈ ਚਾਹਤ ਹੈ ਡਿਜ਼ਾਇਰਸ ਨੇ ਉਹ ਹੀ ਜਬਰਤਾਰਾ ਵਰਤੇ ਜਾਂਦਾ ਹੈ ਵਾਸੂ ਵਾਸ ਜਣਾ ਬਣਿਆ ਬਾਸ ਹੁੰਦਾ ਸੁਗੰਧੀ ਇਕ ਨੂੰ ਮਨਮਕਤਾਈ ਦੇ ਰਸਾਂ ਦੀ ਸੁਗੰਧੀ ਚਾਹੀਦੀ ਹੈ ਉਸ ਵਿੱਚ ਉਲਝਾ ਦਿੱਤਾ ਹੈ ਇੱਕ ਨੂੰ ਗੁਰਮਕਤਾਈ ਦੇ ਰਸਾਂ ਦੀ ਸੁਗੰਧੀ ਚਾਹੀਦੀ ਹੈ ਗੁਰਮਖਾ ਨੂੰ ਇਹ ਸਾਰੀਆਂ ਸੁਗੰਧੀਆਂ ਵਿੱਚੋਂ ਅਸਲੀ ਸੁਗੰਧੀ ਗੁਰਮਖਰਾਸਦੀ ਸੋਜੀ ਕਰਾ ਦਿੱਤੀ ਸਮਝ ਪਈ ਅਸਲੀ ਜੀਵਨ ਗੁਰਮਕਤਾਈ ਦਾ ਮਾਰਗ ਹੈ ਮਨਮਕਤਾਈ ਵਾਲੇ ਪਾਸੇ ਉਲਝਣਾ ਸੰਗ ਵਾਲੇ ਪਾਸੇ ਉਲਝਣਾ ਉਸ ਸੰਗੀਆਂ ਦੇ ਪ੍ਰਭਾਵਿਤ ਜਾਣਾ ਇਹ ਰੋਗ ਹੈ ਮਨਮੁਖ ਰੋਗੀ ਹੈ ਸੰਸਾਰਾ ਸੰਸਾਰ ਦੇ ਵਿੱਚ ਬਹੁਤਾ ਹਿੱਸਾ ਮਨਮੁਖਤਾਈ ਦੇ ਰੋਗ ਦਾ ਸ਼ਿਕਾਰ ਹੈ ਉਹਦੀ ਨਿਸ਼ਾਨੀ ਸੁਖ ਦਾਤਾ ਵਿਸਰਿਆ ਅਗਮ ਅਪਾਰਾ ਵਾਹਿਗੁਰੂ ਸੱਚੇ ਪਾਤਸ਼ਾਹ ਅਗਮ ਨੇ ਪਹੁੰਚ ਤੋਂ ਪਰੇ ਨੇ ਬਿਆੰਤ ਨੇ ਵੇਦ ਨਹੀਂ ਜਾਣਿਆ ਜਾ ਸਕਦਾ ਸੁਖਾਂ ਦੇ ਦਾਤੇ ਨੇ ਉਸ ਵਾਹਿਗੁਰੂ ਜੀ ਨੂੰ ਵਿਸਾਰ ਦਿੱਤਾ ਵਾਹਿਗੁਰੂ ਜੀ ਦਾ ਪੈ ਨਹੀਂ ਆ ਉਹਨਾਂ ਦੇ ਅੰਦਰ ਵਾਹਿਗੁਰੂ ਜੀ ਦਾ ਪਿਆਰ ਨਹੀਂ ਜਾਗਿਆ ਇਹ ਮਾਰਗ ਉਹਨਾਂ ਨੂੰ ਚੰਗਾ ਨਹੀਂ ਲੱਗਿਆ ਬਾਹਰੋਂ ਹੱਸਦੇ ਨਾ ਦੇਖਣਾ ਇਸੇ ਦੀ ਅਮੀਰੀ ਨਾ ਦੇਖਣਾ ਅੰਦਰੋਂ ਦੁਖੀ ਦੇ ਦੁਖੀਏ ਨੇ ਤਾਂ ਫੇਰ ਅਹ ਬੈਨ ਲਾਂਦੇ ਬਿਨ ਗੁਰ ਸ਼ਾਂਤ ਨਾ ਪਾਵਣਿਆ ਦੁਖੀਏ ਨੇ ਕਲਪ ਦੇ ਨੇ ਵਿਰਲਾਪ ਕਰਦੇ ਨੇ ਉਹਨਾਂ ਦਾ ਰੋਣਾ ਕੋਈ ਨਹੀਂ ਸੁਣਦਾ ਗੁਰੂ ਦੇ ਉਪਦੇਸ਼ ਮੰਨਣ ਤੋਂ ਬਿਨਾਂ ਅੰਦਰ ਸ਼ਾਂਤੀ ਨਹੀਂ ਹੈ ਅੰਦਰ ਕ્રોਧ ਦੀ ਅੱਗ ਲੋਭ ਦੀ ਅੱਗ ਹੰਕਾਰ ਦੀ ਅੱਗ ਨਫ਼ਰਤ ਦੀ ਅੱਗ ਨਿੰਦਾ ਚੁਗਲੀ ਦੇ ਰਸਾਂ ਦੀ ਅੱਗ ਸ਼ਾਂਤੀ ਨਹੀਂ ਹੈ ਕਿਉਂਕਿ ਉਹਨਾਂ ਨੂੰ ਸੋਝੀ ਨਹੀਂ ਜਨ ਕੀਤੇ ਸੋਈ ਵਿਧੀ ਜਾਣ ਹੈ ਜਿਸ ਵਾਹਿਗੁਰੂ ਜੀ ਨੇ ਪੈਦਾ ਕੀਤੇ ਹੈ ਨਾ ਉਹ ਵਾਹਿਗੁਰੂ ਜੀ ਹੀ ਵਿਧੀ ਜਾਣਦੇ ਨੇ ਜਿਉਣਾ ਕਿਵੇਂ ਹੈ ਉਹ ਵਿਧੀ ਵਾਗ ਰੂ ਜੀਨਨਿਜ਼ਮ ਵਿੱਚ ਰੱਖ ਦਿੱਤੀ ਹੈ। ਉਹਦੇ ਹੁਕਮ ਵਿੱਚ ਉਸ ਹੁਕਮ ਨੂੰ ਗੁਰੂ ਸਾਹਿਬ ਜੀ ਨੇ ਸਮਝਾ ਦਿੱਤਾ। ਉਹਨੂੰ ਗੁਰੂ ਦਾ ਉਪਦੇਸ਼ ਕਹਿੰਦੇ ਨੇ। ਗੁਰੂ ਦੇ ਉਪਦੇਸ਼ ਰਾਹੀਂ ਸਮਝ ਪੈਂਦੀ ਹੈ। ਆਪ ਕਰੇ ਤਾਂ ਹੁਕਮ ਪਛਾਣ ਹੈ। ਗੁਰੂ ਸਾਹਿਬ ਜਦੋਂ ਜਿਉਣਾ ਸਿਖਾਉਂਦੇ ਨੇ ਗੁਰੂ ਦੀ ਬਾਗਰੂ ਦੀ ਬਖਸ਼ਿਸ਼ ਮਿਲਦੀ ਹੈ ਤੇ ਬਾਗਰੂ ਦੀ ਬਖਸ਼ਿਸ਼ ਦੇ ਨਾਲ ਇਹ ਫਿਰ ਹੁਕਮ ਰੱਬ ਦਾ ਨਿਜ਼ਮ ਸਮਝ ਆ ਜਾਂਦਾ। ਇਸ ਤਰ੍ਹਾਂ ਦੀ ਪਾਵਨਾ ਬਣਦੀ ਹੈ। ਜੇ ਹਾ ਅੰਦਰ ਪਾਏ ਤੇ ਹਾ ਵਰਤੈ ਆਪੇ ਬਾਹਰ ਪਾਵਣਿਆ ਸਾਡੇ ਅੰਦਰ ਜਿਸ ਤਰ੍ਹਾਂ ਦੀ ਭਾਵਨਾ ਹੈ ਉਸ ਤਰ੍ਹਾਂ ਦਾ ਜ਼ਿੰਦਗੀ ਦਾ ਵਰਤਾਰਾ ਹੈ ਉਸ ਤਰ੍ਹਾਂ ਦਾ ਬਾਹਰ ਉਹ ਪਾ ਲਏਗਾ ਜਿਹਦੇ ਅੰਦਰ ਮਨ ਮੁਕਤਾਈ ਹੈ ਉਹਨੂੰ ਮਨ ਮੁਕਤਾਈ ਦੇ ਰਸ ਲੱਭਣ ਦਾ ਵਰਤਾਰਾ ਹੈ ਮਨ ਮੁਕਤਾਈ ਦੇ ਰਸਾਂ ਦੀ ਉਲਝਣ ਤਾਣੀ ਦਾ ਵਰਤਾਰਾ ਵਰਤੇ ਹੈ ਸਾਰੀ ਉਲਝਣ ਤਾਣੀ ਬਾਹਰ ਪਾ ਰਿਹਾ ਜਿਹਨੂੰ ਗੁਰਮੁਕਤਾਈ ਦੀ ਭਾਵਨਾ ਹੈ ਉਗਰ ਮੁਖਤਾਈ ਦਾ ਵਰਤਾਰਾ ਸੋਚ ਸੁਭਾਅ ਵਿੱਚ ਆ ਗਿਆ ਇਸੇ ਸੰਸਾਰ ਵਿੱਚੋਂ ਉਹਨੂੰ ਗੁਰਮਖਤਾਈ ਦਾ ਆਨੰਦ ਰਸ ਪ੍ਰਾਪਤ ਹੁੰਦਾ ਹੈ ਪਤਾ ਲੱਗਿਆ ਸਭ ਕੁਝ ਵਾਹਿਗੁਰੂ ਜੀ ਦਾ ਖੇਲ ਹੈ ਤਿਸ ਬਾਦ ਜਹਾਂ ਸੱਚੇ ਮੈਂ ਹੋਰ ਨਾ ਕੋਈ ਉਹ ਸੱਚੇ ਵਾਹਿਗੁਰੂ ਤੋਂ ਬਿਨਾਂ ਮੇਰਾ ਕੋਈ ਹੋਰ ਟਿਕਾਣਾ ਨਹੀਂ ਵਾਹਿਗੁਰੂ ਜੀ ਦੇ ਮਾਰਗ ਤੇ ਤੁਰੇ ਤੋਂ ਬਿਨਾਂ ਜੀਵਨ ਦੀ ਕੋਈ ਹੋਰ ਵਧੀਆ ਖੇਡ ਨਹੀਂ ਗੁਰੂ ਦਾ ਦੱਸਿਆ ਹੋਇਆ ਮਾਰਗ ਹੀ ਫਸਟ ਪ੍ਰਾਇੋਰਟੀ ਤੇ ਹੈ ਸਭ ਤੋਂ ਉੱਤਮ ਸਭ ਤੋਂ ਕੀਮਤੀ ਅਨਮੋਲ ਹੈ ਕਮਾਲ ਹੈ ਕਮਾਲ ਹੈ ਜਿਸ ਲਾਏ ਲਏ ਸੋ ਨਿਰਮਲ ਹੋਈ ਵਾਹਿਗੁਰੂ ਜੀ ਕਿਰਪਾ ਕਰਦੇ ਨੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਆਪਣਾ ਪਿਆਰ ਦਿੰਦੇ ਨੇ ਲਾ ਲੈਂਦੇ ਨੇ ਨਿਰਮਲ ਸੁਭਾਅ ਬਖਸ਼ ਦਿੰਦੇ ਨੇ ਫਿਰ ਦੇ ਵਿੱਚ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਦਾ ਪਿਆਰ ਰੱਖ ਦਿੰਦੇ ਨੇ ਨਾਨਕ ਨਾਮ ਬਸੈ ਘਟ ਅੰਤਰ ਜਿਸ ਦੇਵ ਹੈ ਸੋ ਪਾਵਣਿਆ ਜੋ ਗੁਰੂ ਦੇ ਉਪਦੇਸ਼ ਮੰਨਣ ਦੀ ਭਾਵਨਾ ਵਿੱਚ ਤੁਰਪਿਆ ਨਾ ਗੁਰੂ ਸਾਹਿਬ ਨੂੰ ਬਹੁਤ ਚੰਗਾ ਲੱਗਦਾ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਹੁੰਦੀ ਹੈ ਸਵਾਉ ਗੁਰਮਕ ਸੋਚ ਗੁਰਮਤ ਵਾਲੀ ਬਣਨੀ ਸ਼ੁਰੂ ਹੋ ਜਾਂਦੀ ਹੈ ਵਾਹਿਗੁਰੂ ਜੀ ਨੂੰ ਬਹੁਤ ਚੰਗਾ ਲੱਗਦਾ ਵਾਹਿਗੁਰੂ ਜੀ ਫਿਰ ਬਖਸ਼ਿਸ਼ ਦਿੰਦੇ ਨੇ ਫਿਰਦੇ ਦੇ ਵਿੱਚ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਦਾ ਪਿਆਰ ਬਸ ਜਾਂਦਾ ਹੈ ਜਿਉਣਾ ਆਜਾ ਹੰਦਾ ਕਦੋਂ ਹੈ ਅੰਮ੍ਰਿਤ ਬਾਣੀ ਸਦਾ ਸਲਾਹ ਹੈ ਅੰਮ੍ਰਿਤ ਅੰਮ੍ਰਿਤ ਪਾਵਣਿਆ ਅੰਮ੍ਰਿਤ ਦਾ ਰਸ ਦੇਣ ਵਾਲੀ ਬਾਣੀ ਗੁਰੂ ਦੀ ਆਵਾਜ਼ ਰੱਬੀ ਬਾਣੀ ਗੁਰੂ ਦੇ ਉਪਦੇਸ਼ ਨਿਰੰਕਾਰ ਦੀ ਬਾਣੀ ਹੈ ਇਹਦੀ ਸਿਪ ਸਲਾਗਾ ਕਰਨੀ ਬੜੀ ਚੰਗੀ ਲੱਗਦੀ ਹੈ ਉਪਦੇਸ਼ਾਂ ਨੂੰ ਮੰਨਣਾ ਬੜਾ ਚੰਗਾ ਲੱਗਦਾ ਹੈ ਇਹ ਅੰਮ੍ਰਿਤ ਰਸ ਵਾਹਿਗੁਰੂ ਜੀ ਨੇ ਰੱਖਿਆ ਗੁਰੂ ਸਾਹਿਬ ਨੇ ਰੱਖਿਆ ਜਿਹੜੇ ਪੀਂਦੇ ਨੇ ਉਹਨਾਂ ਨੂੰ ਵਾਹਿਗੁਰੂ ਜੀ ਰਾਸ ਦਿੰਦੇ ਨੇ ਸਤਗੁਰੂ ਕਹਿੰਦੇ ਮੈਂ ਕੁਰਬਾਨ ਜਾਣਾ ਉਹਨਾਂ ਤੋਂ ਕੌ ਵਾਰੀ ਜੀਓ ਵਾਰੀ ਅੰਮ੍ਰਿਤ ਬਾਣੀ ਮਨ ਵਸਾ ਬਣਿਆ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਜੀ ਨੇ ਗੁਰੂ ਸਾਹਿਬ ਨੇ ਉਹ ਅੰਮ੍ਰਿਤ ਦੀ ਬਾਣੀ ਦਾ ਰਾਸ ਰੱਖ ਦਿੱਤਾ ਜਿਨ੍ਹਾਂ ਦੇ ਮਨ ਵਿੱਚ ਪਿਆਰ ਬਣ ਗਿਆ ਇਸ ਬਾਣੀ ਨਾਲ ਇਸ ਉਪਦੇਸ਼ ਨਾਲ ਗਿਆਨ ਰੂਪੀ ਨਾਮ ਦੇ ਨਾਲ ਮੈਂ ਉਹਨਾਂ ਤੋਂ ਕੁਰਬਾਨ ਜਾਣਾ ਇਹ ਪਦਾ ਰਹਾਉ ਦਾ ਪਦਾ ਹੈ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਤੇ ਆ ਬਣਿਆ ਰਹਾਓ ਸੈਂਟਰਲ ਆਈਡੀਆ ਹੈ ਅੰਮ੍ਰਿਤ ਮਈ ਬਾਣੀ ਮਨ ਵਿੱਚ ਪਿਆਰ ਬਣ ਗਿਆ ਮਨ ਵਿੱਚ ਵਸ ਗਈ ਬੜੀ ਚੰਗੀ ਲੱਗਦੀ ਹੈ ਅੰਮ੍ਰਿਤ ਨਾਮ ਤੇ ਆ ਬਣਿਆ ਗਿਆਨ ਰੂਪੀ ਨਾਮ ਅੰਮ੍ਰਿਤ ਰਸ ਗਿਆਨ ਰੂਪੀ ਨਾਮ ਚ ਮਨ ਲੱਗ ਗਿਆ ਮੰਨਣਾ ਬੜਾ ਚੰਗਾ ਲੱਗਣ ਲੱਗਾ ਗਿਆਨ ਰੂਪੀ ਨਾਮ ਨਾਲ ਪਿਆਰ ਬਣਿਆ ਗਿਆਨ ਰੂਪੀ ਨਾਮ ਰਾਹੀ ਸੋਚ ਤੇ ਸਬਾਉ ਨੂੰ ਸ਼ਿੰਗਾਰਨਾ ਬਹੁਤ ਚੰਗਾ ਲੱਗਣ ਲੱਗ ਪਿਆ। ਧਿਆਨ ਰੂਪੀ ਨਾਮ ਰੱਬ ਦੀ ਯਾਦ ਵਿੱਚ ਆਉਣਾ ਬੜਾ ਚੰਗਾ ਲੱਗਣ ਲੱਗ ਪਿਆ। ਅੰਦਰ ਪਰਪਕਾਰੀ ਵਰਤੀ ਆਗੀ ਅੰਮ੍ਰਿਤ ਬੋਲੇ ਸਦਾ ਮੁਖ ਬੈਣੀ ਫਿਰ ਬੋਲ ਵੀ ਗੁਰੂ ਦੀ ਵਿਚਾਰ ਤਾਰਾ ਦੇ ਬੋਲਣ ਦਾ ਅੰਦਰ ਰਸ ਬਣ ਗਿਆ। ਗੁਰੂ ਦੀਆਂ ਵਿਚਾਰਾਂ ਕਰਨ ਦਾ ਰਸ ਬਣ ਗਿਆ। ਜੇ ਸਮਾਨ ਦੇ ਅੰਦਰ ਰਸ ਬਣਿਆ। ਉਹ ਆਪਣੇ ਪੁੱਤ ਨੂੰ ਗੁਰੂਕੀਆਂ ਸਾਖੀਆਂ ਸੁਣਾਉਣ ਲੱਗ ਪਈ ਜਿਹਦੇ ਰਸ ਨਹੀਂ ਬਣਿਆ ਨਹੀਂ ਸਿਖਾ ਸਕੀ ਜਿਸ ਮਾਂ ਦੇ ਮਨ ਅੰਦਰ ਗੁਰਬਾਣੀ ਦਾ ਰਸ ਜਾਗ ਪਿਆ ਉਹ ਆਪਣੇ ਪੁੱਤ ਨੂੰ ਆਪਣੀ ਤੀਹ ਨੂੰ ਬਾਣੀ ਸਿਖਾਉਣ ਲੱਗ ਪਈ ਆਖੋ ਬਾਣੀ ਅੰਮ੍ਰਿਤ ਵੇਖੈ ਪਰਖੈ ਸਦਾ ਨੈਣੀ ਫਿਰ ਅੰਮ੍ਰਿਤ ਰਸ ਨੂੰ ਹੀ ਹਰ ਥਾਂ ਤੇ ਦੇਖਦੇ ਨੇ ਅੰਮ੍ਰਿਤ ਮਈ ਰਸ ਦੇਣ ਵਾਲੇ ਵਾਹਿਗੁਰੂ ਜੀ ਨੂੰ ਹਾਜ਼ਰ-ਨਾਜ਼ਰ ਸਮਝਦੇ ਨੇ ਉਹਨੂੰ ਕੋਝਦੇ ਨੇ ਪਤਾ ਲੱਗਦਾ ਹੈ ਉਹ ਹਰ ਵੇਲੇ ਹਾਜ਼ਰ-ਨਾਜ਼ਰ ਸਾਨੂੰ ਦੇਖਦੇ ਨੇ ਤੇ ਗੁਰਮਖ ਉਹਨਾਂ ਦੇ ਦੀਦਾਰ ਰਸ ਵਿੱਚ ਕਿਉਂਦਾ ਹੈ ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ ਅਭਰਾ ਆਖ ਸੁਣਾ ਬਣੇ ਉਹ ਮਨ ਰੱਬ ਦੇ ਪਿਆਰ ਵਿੱਚ ਭਿੱਜਿਆ ਹੋਇਆ ਉਹਨਾਂ ਵਿਚਾਰਾਂ ਨੂੰ ਅੰਦਰੋਂ ਮਤ ਨੂੰ ਸੁਣਾਉਂਦਾ ਆਖੋ ਇਹ ਮਨ ਫਿਰ ਮਤ ਦੇ ਨਾਲ ਮਿਲ ਜਾਂਦਾ ਹੈ ਗੁਰੂ ਕੀ ਮਤ ਦੀ ਵਿਚਾਰ ਧਾਰਾ ਦੇ ਅੰਦਰ ਵਿਚਾਰ ਚੱਲਦੇ ਨੇ ਜਿਹਦੇ ਅੰਦਰ ਵਿਚਾਰ ਚੱਲਦੇ ਨੇ ਇਹ ਅੰਮ੍ਰਿਤ ਦਾ ਰਾਸ ਝਰਨੇ ਬਣ ਕੇ ਚੱਲਦਾ ਉਹ ਅਬਰਾ ਆਕਸ ਨਾ ਬਣਿਆ ਫਿਰ ਹੋਰਾਂ ਨੂੰ ਸੁਣਾਉਂਦੇ ਨੇ ਪ੍ਰੇਰਣਾ ਦਿੰਦੇ ਨੇ ਹੋਰਾਂ ਨੂੰ ਜੋੜਦੇ ਨੇ ਐਸੇ ਅਸੀਂ ਗੁਰਸਿੱਖ ਬਣਨਾ ਸਾਰਿਆਂ ਨੇ ਅੰਮ੍ਰਿਤ ਰੰਗ ਰਤਾਲਬ ਲਾਏ ਅੰਦਰ ਲਿਬ ਲਾਗੀ ਅੰਮ੍ਰਿਤ ਮਈ ਰਾਸ ਦੀ ਅੰਮ੍ਰਿਤ ਮਈ ਰਾਸ ਦੇ ਦਾਤੇ ਦੀ ਵਾਹਿਗੁਰੂ ਜੀ ਦੀ ਉਹਨਾਂ ਦੇ ਪਿਆਰ ਵਿੱਚ ਭਿੱਜਿਆ ਲਗਨ ਲੱਗੀ ਲਿਵ ਲੱਗੀ ਲਿਵ ਯਾਦ ਰੱਖਿਓ ਤੇਨੀ ਚੀਜ਼ਾ ਗੂੜਾ ਪਿਆਰ ਸਿਰ ਪਿਆਰ ਵਿੱਚੋਂ ਨਿਕਲਿਆ ਹੋਇਆ ਜਜ਼ਬਾ ਉਹ ਜਜ਼ਬਾ ਬਣ ਜਾਵੇ ਜਨੂਨ ਹਰ ਹਾਲਤ ਵਿੱਚ ਤੁਰੇ ਰਹਿਣਾ ਇਹਨੂੰ ਕਹਿੰਦੇ ਨੇ ਲਿਵ ਮਿਲੀ ਕਿਵੇਂ ਅੰਮ੍ਰਿਤ ਗੁਰ ਪ੍ਰਸਾਦ ਦੀਂ ਪਾਏ ਗੁਰ ਪਾਤਸ਼ਾਹੀ ਬਾਣੀ ਦੇ ਅੰਦਰ ਗੁਰ ਸਰੂਪ ਹੈ ਲਬਾ ਲਬ ਪਰੇ ਪੈਨੇ ਉਪਦੇਸ਼ ਗੁਰੂ ਦੇ ਉਪਦੇਸ਼ ਉਹਨੂੰ ਮੰਨਿਆ ਤੇ ਗੁਰ ਸਰੂਪ ਦੀ ਕਿਰਪਾ ਹੋਈ ਗੁਰ ਪ੍ਰਸਾਦੀ ਸੋਚ ਸੁਭਾਅ ਸਮਰਨਾ ਸ਼ੁਰੂ ਹੋ ਗਿਆ ਇਹ ਅੰਮ੍ਰਿਤ ਦਾ ਰਸ ਅੰਮ੍ਰਿਤ ਰਸ ਨਾ ਬੋਲੇ ਦਿਨ ਰਾਤੀ ਮੰਤਨ ਨੇ ਅੰਮ੍ਰਿਤ ਪੀਆ ਬਣਿਆ ਫਿਰ ਇਹ ਗੱਲਾਂ ਇਹ ਵਿਚਾਰਾਂ ਕਰਨੀਆਂ ਬੜੀਆਂ ਚੰਗੀਆਂ ਲੱਗੀਆਂ ਸੁਰਤ ਵਿੱਚ ਰਸ ਬਣ ਗਿਆ ਜ਼ੁਬਾਨ ਤੇ ਰਸ ਆ ਗਿਆ ਅੰਮ੍ਰਿਤ ਮਈ ਬਾਣੀ ਅਨਸਾਰ ਪਰਪਕਾਰ ਜੀਵਨ ਕਰਮ ਜੀਵਨ ਜਿਉਣ ਦਾ ਰਸ ਆ ਗਿਆ ਪਰਪਕਾਰ ਕਰਨ ਦਾ ਰਸ ਆ ਗਿਆ ਮਨ ਤੇ ਤਨ ਅੰਮ੍ਰਿਤ ਦੇ ਰਸ ਨੂੰ ਪੀਣ ਲੱਗ ਪਿਆ ਇਹ ਆਨੰਦ ਰਸ ਸੀ ਗੁਰੂ ਸਹਿਬਾਨਾਂ ਦੇ ਅੰਦਰ ਤੇ ਗੁਰੂ ਕੇ ਪਿਆਰਿਆਂ ਦੇ ਅੰਦਰ ਅਰਦਾਸ ਦੇ ਦੂਸਰੇ ਪੈਰਾਗ੍ਰਾਫ ਦੇ ਅੰਦਰ ਸ਼ਬਦ ਵਰਤੇ ਆ ਤਿੰਨਾ ਪਿਆਰੇਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਗੁਰੂ ਦੇ ਪਿਆਰੇ ਸੱਚਿਆਰੇ ਸਤਿ ਬਾਬਾ ਬੁੱਢਾ ਜੀ ਵਰਗੇ ਸਾਡੇ ਭਾਈ ਗੁਰਦਾਸ ਜੀ ਵਰਗੇ ਭਾਈ ਕਨਈਆ ਜੀ ਵਰਗੇ ਸੰਤਨ ਬਾਬਾ ਦੀਪ ਸਿੰਘ ਜੀ ਵਰਗੇ ਸੰਤਨ ਭਾਈ ਮਨੀ ਸਿੰਘ ਸਾਹਿਬ ਜੀ ਵਰਗੇ ਗੁਰੂ ਕੇ ਸ਼ਹੀਦ ਗੁਰੂ ਕੇ ਪਿਆਰੇ ਗੁਰੂ ਕੇ ਸੱਚਿਆਰੇ ਸਾਡੇ ਲਈ ਪ੍ਰੇਰਣਾਦਾਇਕ ਨੇ ਜੀਵਨ ਜਿਉਂ-ਜਿਉਂ ਅਸੀਂ ਆਪਣਾ ਵਿਰਸਾ ਪੜਾਂਗੇ ਗੁਰੂ ਕੇ ਗੁਰਸਿੱਖਾਂ ਦਾ ਜੀਵਨ ਜਿਉਵਾਂਗੇ ਸਾਨੂੰ ਵੀ ਇਸ ਅੰਮ੍ਰਿਤ ਰਸ ਦੀ ਪਿਆਸ ਜਾਗੇਗੀ અમૃતરસ ਵਿੱਚ જીવણ ਦਾ જસ્બા જાગેગા ਰੱਬ ਦੇ ਨਿਜ਼ਮ ਨੂੰ ગુરુ ਦੇ ઉપદેશਾਂ ਵਿੱਚੋਂ ਸਮਝਣਾ ਹੈ ਫਿਰ ਪਤਾ ਲੱਗੇਗਾ ਸਭ ਕੁਛ ਰੱਬ ਦੇ ਨਿਜ਼ਮ ਦੇ ਵਰਤਾਰੇ ਚੱਲ ਰਹੇ ਨੇ ਜੋ ਕਿਛ ਕਰ ਹੈ ਜੋ ਚિત્ਤ ਨਾ ਹੋਈ ਵਾਹਿਗੁਰੂ ਜੀ ਦਾ ਨਜ਼ਮ ਐਸਾ ਹੈ ਕੋਈ ਵੀ ਵਰਤਾਰਾ ਵਰਤਾ ਸਕਦਾ ਜਿਹੜਾ ਚિત્ਤ ચેਤੇ ਵੀ ਨਹੀਂ ਜੋ ਅੰਦਰੋਂ ਭੁੱਲਿਆ ਨਾ ਉਹਦੇ ਵਾਸਤੇ ਉਸ ਤਰ੍ਹਾਂ ਦਾ ਵਰਤਾਰਾ ਵਰਤ ਜਾਂਦਾ ਜੋ ਅੰਦਰੋਂ ਜੁੜਿਆ ਉਹਦੇ ਵਾਸਤੇ ਉਸ ਤਰ੍ਹਾਂ ਦਾ ਵਰਤਾਰਾ ਵਰਤ ਜਾਂਦਾ ਪਰ ਇੱਕ ਚੇਤਨਾ ਹੈ ਜੋ ਕੁਝ ਕਰੇ ਚੇਤਨਾ ਹੋਵੇ ਜੋ ਵਾਇਕ੍ਰੂ ਦੀ ਸਭ ਕੁਝ ਕਰਨ ਕਰਾਉਣ ਹਾਰ ਦੇ ਤੇ ਨਿਚੇਤੇ ਵਿੱਚ ਕਿਉਂ ਨਹੀਂ ਤੇਰੀ ਯਾਦ ਸ਼ਕਤੀ ਵਿੱਚ ਕਿਉਂ ਨਹੀਂ ਉਹ ਤਾਂ ਕੋਈ ਵੀ ਵਰਤਾਰਾ ਐਸਾ ਵਰਤਾ ਸਕਦੇ ਨਹੀਂ ਜਿਹੜਾ ਚਿਤ ਜੇਤੇ ਵੀ ਨਹੀਂ ਇਸ ਦਾ ਹੁਕਮ ਮੇਟ ਨਾ ਸਕੈ ਕੋਈ ਉਜੜ ਵਰਤਾਰਾ ਵਰਤਾਉਂਦੇ ਨੇ ਨਾ ਉਹ ਦੇ ਨਜ਼ਮ ਨੂੰ ਕੋਈ ਮੇਟ ਨਹੀਂ ਸਕਦਾ ਆਖ ਵਾਹਿਗੁਰੂ ਪੁੱਛ ਉਹਦੇ ਵਰਤਾਰੇ ਪ੍ਰਤੱਖ ਵਰਤਦੇ ਨੇ ਕਦੀ ਅਰਥ ਕੋਈ ਕਾ ਗਿਆ ਚਿਤ ਚੇਤੇ ਨਹੀਂ ਸੀ ਸੈਕਿੰਡ ਵਿੱਚ ਸਭ ਕੁਝ ਟੈਕਟਰੀ ਹੋ ਜਾਂਦਾ ਕਦੀ ਸੁਨਾਮੀ ਲਹਿਰਾਂ ਆ ਗਈਆਂ ਸਮੁੰਦਰੀ ਤੂਫਾਨ ਆ ਗਿਆ ਇੰਡੋਨੇਸ਼ੀਆ ਵਰਗੇ ਦੇਸ਼ ਵਿੱਚ ਵੱਡੇ ਵੱਡੇ ਅੱਗ ਦੇ ਲਾਵੇ ਨਿਕਲਦੇ ਨੇ ਜਵਾਲਾ ਮੁਖ ਕਈ ਕਿਲੋਮੀਟਰ ਤੱਕ ਉਜਵਾਲਾ ਮੁਖੀ ਦਾ ਲਾਵਾ ਫੈਲ ਜਾਂਦਾ ਹੈ ਬ੍ਰਿਸ਼ ਮਨਾਸਪਤੀ ਸਭ ਕੁਝ ਨੂੰ ਤਬਾਹ ਕਰ ਦਿੰਦਾ ਹੈ ਇਹ ਪਰਤੱਖ ਵਰਤਾਰੇ ਨੇ ਕਦੀ ਇਨਵੀਜ਼ੀਬਲ ਵਰਤਾਰੇ ਵਰਤਦੇ ਨੇ ਕੋਈ ਮੂਵਮੈਂਟ ਬਣਦੀ ਹੈ ਉਹ ਲੱਗਦਾ ਪਤਾ ਨਹੀਂ ਕੀ ਕਰ ਦੇਗਾ ਮੂਵਮੈਂਟ ਫੇਲ ਹੋ ਜਾਂਦੀ ਹੈ ਹਿਟਲਰ ਕਹਿੰਦਾ ਸੀ ਯਹੂਦੀਆਂ ਨੂੰ ਖਤਮ ਕਰ ਦੇਣਾ ਐਸੀ ਮੂਵਮੈਂਟ ਸੀ ਦਬੀ ਵਰਤਾਰਾ ਵਰਤਿਆ ਹਿਟਲਰ ਖਤਮ ਹੋ ਗਿਆ ਯਹੂਦੀ ਦੁਨੀਆ ਤੇ ਛਾ ਗਿਆ ਖਵਾਇ ਉਚਿਤ ਕੇਤੇ ਵੀ ਨਹੀਂ ਉਹ ਵਰਤਾਰਾ ਵਰਤਾ ਦਿੰਦਾ ਉਹਦੇ ਨਿਜ਼ਮ ਨੂੰ ਕੋਈ ਮੇਟ ਨਹੀਂ ਸਕਦਾ ਉਹਦੀ ਸ਼ਕਤੀ ਨੂੰ ਕੋਈ ਮੇਟ ਨਹੀਂ ਸਕਦਾ ਉਹਦੇ ਨਿਜ਼ਮ ਵਿੱਚ ਹੀ ਸਭ ਕੁਝ ਵਰਤਦਾ ਹੈ ਇਸ ਲਈ ਪਿਆਰਿਆ ਹੁਕਮੇ ਵਰਤੈ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪੀਆ ਬਣਿਆ ਉਸੇ ਦੇ ਨਿਜ਼ਮ ਵਿੱਚ ਉਸ ਨਿਜ਼ਮ ਨੂੰ ਸਮਝ ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਉਹਦੇ ਵਿੱਚ ਐਸਾ ਕੌਤਕ ਵਰਤਦਾ ਹੈ ਅੰਮ੍ਰਿਤ ਬਾਣੀ ਮਿੱਠੇ ਮਿੱਠੇ ਤੀਰ ਬਣ ਕੇ ਤੇਰੇ ਮਨ ਨੂੰ ਤੇਰੀ ਮਤ ਨੂੰ ਝੰਡੋੜਾ ਦਿੰਦੇ ਨੇ ਜੀਵਨ ਸਿਖਾ ਦਿੰਦੇ ਨੇ ਅੰਮ੍ਰਿਤ ਰਸ ਪਿਆਵਨ ਲਾ ਦਿੰਦੇ ਨੇ ਆਖੋ ਅੰਮ੍ਰਿਤ ਦੇ ਰਾਸਤੇ ਤੋਰਦੇ ਨੇ ਫਿਰ ਪਤਾ ਲੱਗਦਾ ਵਾਹਿਗੁਰੂ ਜੀ ਦੇ ਐਸੇ ਵਰਤਾਰੇ ਵਰਤ ਰਹੇ ਨੇ ਆਜਿਬ ਕੰਮ ਕਰਤੇ ਹਰ ਕੇਰੇ ਉਹਦੇ ਅਚਾਰਜ ਕੌਤਕ ਨੇ ਬਿਆੰਤ ਕੌਤਕ ਨੇ ਵਾਹਿਗੁਰੂ ਸੱਚੇ ਬਾਦਸ਼ਾਹ ਨੇ ਪਰ ਕਮਾਲ ਹੈ ਉਹਦੇ ਕੌਤਕ ਹਰ ਥਾਂ ਤੇ ਵਰਤਦੇ ਪਏ ਨੇ ਸੁਭਾਉ ਦਾ ਲੈਵਲ ਨਹੀਂ ਮੈਂ ਸੋਚ ਦਾ ਲੈਵਲ ਨਹੀਂ ਮੈਂ ਹਲੇ ਸੋਚ ਸੁਭਾਉ ਧਰਮਖੰਡ ਵਿੱਚ ਨਹੀਂ ਪਹੁੰਚਿਆ ਇਹਨੂੰ ਧਰਤੀ ਹਲੇ ਧਰਮਸ਼ਾਲਾ ਨਹੀਂ ਲੱਗੀ ਵਰਤਾਰਿਆਂ ਨੂੰ ਘਟੀਆਂ ਵਧੀਆ ਸੋਚ ਕੇ ਉਹਦੇ ਚੁੱਲਝ ਜਾਂਦਾ ਹੈ ਆਏ ਕਿਉਂ ਹੋ ਰਿਹਾ ਹੈ ਕਿਉਂ ਹੋ ਰਿਹਾ ਦੀ ਨਿੰਦਾ ਵਿੱਚ ਉਲਝ ਜਾਂਦਾ ਹੈ ਨਫ਼ਰਤ ਵਿੱਚ ਉਲਝ ਜਾਂਦਾ ਹੈ ਆਪਣੇ ਆਪ ਨੂੰ ਸਿਆਣਾ ਮੰਨਦਾ ਹੈ ਪਰ ਹਲੇ ਧਰਮਖੰਡ ਵਿੱਚ ਨਹੀਂ ਪਹੁੰਚਿਆ ਧਰਮਖੰਡ ਵਿੱਚ ਤਾਂ ਇਹ ਧਰਤੀ ਧਰਮਸ਼ਾਲਾ ਲੱਗਦੀ ਹੈ ਹਰ ਵਾਰ ਤਾਰਾ ਵਾਹਿਗੁਰੂ ਜੀ ਦਾ ਚਾਰਜ ਕੌਤਕ ਲੱਗਦਾ ਹੈ। ਹਰ ਵੇਲੇ ਵਰਤ ਰਿਹਾ ਹੈ। ਬਿਆਨਤ ਕੌਤਕ ਵਰਤ ਰਿਹਾ ਹੈ। ਜਦੋਂ ਇਹਦੀ ਮਤ ਸੋਚ ਸੁਭਾਅ ਦਾ ਲੈਵਲ ਗਿਆਨ ਖੰਡ ਵਿੱਚ ਜਾਂਦਾ ਹੈ ਨਾ ਫਿਰ ਪਤਾ ਲੱਗਦਾ ਜੋ ਵੀ ਵਰਤਾਰੇ ਵਰਤ ਰਹੇ ਨੇ ਤਿੱਥਾ ਨਾਦ, ਵਿਨੋਦ, ਕੋਡ, ਆਨੰਦ ਇਹ ਤੇ ਸਭ ਇਸ ਚਾਰਜ ਕੌਤਕ ਨੇ ਗਿਆਨ ਦੇ ਰਹੇ ਨੇ, ਸਿੱਖਿਆ ਦੇ ਰਹੇ ਨੇ। ਗਿਆਨ ਦਾ ਪਰਚੰਡ ਚੱਲ ਰਿਹਾ ਹੈ। ਪਰ ਇਹ ਮਨ ਭੁੱਲਿਆ ਹੋਇਆ ਛੋਟੀ ਸੋਚ ਹੈ। ਸੁਗੜਿਆ ਹੋਇਆ ਸੁਭਾਅ ਹੈ। ਦੈਰਾ ਛੋਟਾ ਹੈ ਸੋਚਨ ਦੀ ਸੋਚਨ ਦਾ ਦੈਰਾ ਛੋਟਾ ਹੈ ਸੁਭਾਅ ਸੁਗੜਿਆ ਹੋਇਆ ਬਹੁਤ ਛੋਟੇ ਦੈਰੇ ਵਿੱਚ ਸੁਭਾਅ ਵਰਤਾਰੇ ਵਰਤੌਂਦਾ ਹੈ ਇਹ ਮਨ ਭੁੱਲਾ ਜਾਂਦਾ ਫੇਰੇ ਇਹ ਮਨ ਭੁੱਲਿਆ ਹੋਇਆ ਵਾਹਿਗੁਰੂ ਜੀ ਦੇ ਕਉਤਕ ਕੰਮ ਵਿੱਚੋਂ ਜੇ ਤਾਂ ਗੁਰੂ ਦਾ ਉਪਦੇਸ਼ ਮੰਨਣ ਦੀ ਭਾਵਨਾ ਜਾਗਦੀ ਹੈ ਨਾ ਇਹ ਵੀ ਇੱਕ ਅਸਚਾਰਜ ਕਉਤਕ ਹੈ ਇਹ ਭੁੱਲੇ ਜਾਂਦੇ ਮਨੁੱਖ ਦੇ ਮਨ ਨੂੰ ਫੇਰ ਕੇ ਵਾਹਿਗੁਰੂ ਜੀ ਇਹਦਾ ਲਾ ਦਿੰਦੇ ਇਦੇ ਅੰਦਰ ਲਾ ਦਿੰਦੇ ਨੇ ਅੰਮ੍ਰਿਤ ਬਾਣੀ ਸਿਉ ਚਿਤ ਲਾਏ ਅੰਮ੍ਰਿਤ ਸ਼ਬਦ ਵਜਾਵਣਿਆ ਅੰਮ੍ਰਿਤ ਮਈ ਬਾਣੀ ਗੁਰੂ ਦੀ ਆਵਾਜ਼ ਰੱਬ ਦੀ ਆਵਾਜ਼ ਅੰਮ੍ਰਿਤ ਮਈ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਤਿਗੁਰ ਸਰੂਪ ਹੈ ਫਿਰ ਉਸੇ ਕੀ ਕਹਿ ਰਹੇ ਨੇ ਸੋਚ ਕੇ ਦੇਖ ਇਹ ਅੰਮ੍ਰਿਤ ਬਾਣੀ ਹੈ ਇਸੇ ਨੂੰ ਕਹੇ ਵਾਹ ਵਾਹ ਬਾਣੀ ਨਿਰੰਕਾਰ ਹੈ ਇਹਦਾ ਆਕਾਰ ਕੋਈ ਨਹੀਂ ਗੁਰੂ ਦੀ ਆਵਾਜ਼ ਦਾ ਕੋਈ ਆਕਾਰ ਨਹੀਂ ਦੱਸਣ ਵਾਸਤੇ ਅੱਖਰ ਹੁੰਦੇ ਨੇ ਪਰ ਉਹਦਾ ਆਵਾਜ਼ ਕੋਈ ਨਹੀਂ ਉਹਦਾ ਆਕਾਰ ਕੋਈ ਨਹੀਂ ਇੰਗਲਿਸ਼ ਵਾਲੇ ਦੱਸਣਗੇ ਆਕਾਰ ਹੋਰ ਬਣਾ ਲੈਣਗੇ ਹਿੰਦੀ ਵਾਲੇ ਹੋਰ ਬਣਾ ਲੈਣਗੇ ਫਰੈਂਚ ਵਾਲੇ ਹੋਰ ਆਕਾਰ ਬਣਾ ਲੈਣਗੇ ਚਾਈਨੀਜ਼ ਲਿਖਣਗੇ ਹੋਰ ਆਕਾਰ ਬਣਾ ਲੈਣਗੇ ਪਰ ਉਸ ਆਵਾਜ਼ ਦੀ ਕੋਈ ਆਕਾਰ ਨਹੀਂ ਅਰੰਕਾਰ ਹੈ ਪਰ ਉਹ ਵੀ ਆਵਾਜ਼ ਹੈ ਜੇਨਾਂ ਨੂੰ ਯਾਦ ਰਹਿੰਦੀ ਹੈ ਗੁਰੂ ਦੀ ਆਵਾਜ਼ ਚਿਤ ਲੱਗ ਗਿਆ ਜੀ ਉਦੇ ਵਿੱਚੋਂ ਗੁਰੂ ਦੇ ਉਪਦੇਸ਼ ਅੰਮ੍ਰਿਤਮਈ ਰਸ ਦੀਆਂ ਬੂੰਦਾਂ ਨੇ بارش ਹੈ ਉਹ ਮਨ ਨੂੰ ਹਲੂਣੇ ਦਿੰਦੇ ਨੇ ਅੰਦਰੋਂ ਵੱਜਦੇ ਨੇ ਸ਼ਬਦ ਉਪਦੇਸ਼ ਅੰਦਰੋਂ ਵੱਜਦੇ ਨੇ ਅੰਦਰੋਂ ਉਪਦੇਸ਼ ਗੂੰਜਦੇ ਨੇ ਗੁਰੂ ਦੀ ਆਵਾਜ਼ ਵਿੱਚੋਂ ਕੋ ਚਿਮ ਚਿਮ ਵਰਸਾ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰ ਸਤਿਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਨੂੰ ਗੁਰੂ ਦੇ ਉਪਦੇਸ਼ ਗੁਰੂ ਦੀ ਆਵਾਜ਼ ਰਬੀ ਆਵਾਜ਼ ਵਿੱਚੋਂ ਅੰਮ੍ਰਿਤ ਮਈ ਵਾਰਸ਼ ਦੇ ਪਾਤਰ ਇਹ ਮਨ ਤੇ ਮਤ ਬਣ ਜਾਵੇ ਇਹ ਮਨ ਗੁਰੂ ਦੇ ਉਪਦੇਸ਼ ਦੀ ਵਿਚਾਰ ਕਰਕੇ ਅੰਮ੍ਰਿਤ ਰਸ ਪੀਣਾ ਸਿੱਖ ਜਾਵੇ ਛੇਵੇਂ ਪਦੇ ਤੋਂ ਵਿਚਾਰ ਅਗਲੇ ਐਪੀਸੋਡ ਵਿੱਚ ਕੱਲ ਨੂੰ ਕਰਾਂਗੇ ਨਾ ਚੁੱਕਾਂ ਦੀ ਖਿਮਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੁ ਕੀ ਅਸੋਨ ਸਭ ਕੁ ਵਿਚਾਰਾ